ਪੰਜਾਬ ਵਿੱਚ ਜਿੱਥੇ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੋਟਕਪੂਰੇ ਤੋਂ ਬਰਗਾੜੀ ਤੱਕ ਮਾਰਚ ਕੱਢਿਆ ਜਾ ਰਿਹਾ ਹੈ, ਉੱਥੇ ਕਾਂਗਰਸ ਪਾਰਟੀ ਵੱਲੋਂ ਲੰਬੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਬੀਤੇ ਦਿਨ ਆਪ ਦੇ ਬਾਗੀ ਆਗੂ ਸੁਖਪਾਲ ਖਹਿਰਾ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪੂਰੇ ਪੰਜਾਬ ਵਿੱਚ ਪੁੱਜ ਕੇ ਰੋਸ ਮਾਰਚ ਵਿੱਚ ਪਹੁੰਚਣ ਦੀ ਅਪੀਲ ਕੀਤੀ ਸੀ। ਦੂਸਰੇ ਪਾਸੇ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਨੇ ਆਪਣੀਆਂ ਆਪਣੀਆਂ ਰੈਲੀਆਂ ਵਿੱਚ ਭੀੜ ਜੁਟਾਉਣ ਲਈ ਦਿਨ ਰਾਤ ਇੱਕ ਕਰ ਰੱਖਿਆ ਹੈ। ਅੱਜ ਮਲੇਰਕੋਟਲਾ ਤੋਂ ਕਾਂਗਰਸ ਪਾਰਟੀ ਦੀ ਆਗੂ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਅਗਵਾਈ ਵਿੱਚ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਕਾਂਗਰਸ ਦੀ ਰੈਲੀ ਲਈ ਲੰਬੀ ਵੱਲ ਕੂਚ ਕੀਤਾ। ਉੱਥੇ ਹੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੁਹੰਮਦ ਅਵੈਸ ਦੀ ਅਗਵਾਈ ਵਿੱਚ ਇੱਕ ਕਾਫਲਾ ਅਕਾਲੀ ਦੀ ਪਟਿਆਲਾ ਰੈਲੀ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ। ਮਲੇਰਕੋਟਲਾ ਤੋਂ ਮੁਨਸ਼ੀ ਫਾਰੂਕ ਅਹਿਮਦ ਦੀ ਵਿਸ਼ੇਸ਼ ਰਿਪੋਰਟ। ਕਾਂਗਰਸ ਦੇ ਖਿਲਾਫ ਜੋ ਰੋਸ ਹੈਗਾ, ਅੱਜ ਪੂਰਾ ਪਟਿਆਲੇ ਦੀ ਰੈਲੀ ਨੂੰ ਲਿਆ ਕੇ ਰੱਖ ਦਿਆਂਗੇ ਪੰਜਾਬ ਨੂੰ ਸਾਰਿਆਂ ਨੂੰ। ਤੇ ਕਿੰਨਾ ਕੁ ਉਤਸ਼ਾਹ, ਕੀ ਅਕਾਲੀ ਦਲ ਦਾ ਸੰਦੇਸ਼ ਕੀ ਹੋਏਗਾ? ਪਿਛਲੇ 20 ਸਾਲ ਤੋਂ ਅਸੀਂ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਹਾਂ, ਜਿਵੇਂ ਬੁਰਾ ਟਾਈਮ ਚੰਗਾ ਟਾਈਮ ਚੱਲਦਾ ਰਹਿੰਦਾ, ਪਰ ਪੰਜਾਬੀਆਂ ਦੀ ਜਿਹੜੀ ਪਾਰਟੀ ਹੈ, ਮਾਂ ਬੋਲੀ ਪਾਰਟੀ, ਉਹ ਅਕਾਲੀ ਦਲ ਪਾਰਟੀ ਹੈ। ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨ੍ਹਾਂ ਨੇ ਸਿੱਧੇ ਹਰਿਮੰਦਰ ਸਾਹਿਬ ਕੰਨੀ ਤੋਪਾਂ ਦੇ ਮੂੰਹ ਭਰ ਕੇ, ਗੁਰੂ ਸਾਹਿਬ ਨੂੰ ਉੜਾਇਆ। ਉਹ ਕੋਈ ਗੱਲ ਲੁਕੀ ਤਾਂ ਨਹੀਂ ਹੋਈ। ਅੱਜ ਉਹੀ ਲੋਕ ਅਕਾਲੀ ਦਲ ਦੇ ਖਿਲਾਫ ਵੱਡਾ ਪ੍ਰਚਾਰ ਕਰ ਰਹੇ ਹਨ। ਪੰਜਾਬ ਦੀ ਕੋਈ ਇੱਕ ਪਾਰਟੀ ਹੈ ਮਾਂ ਬੋਲ ਪਾਰਟੀ ਅਕਾਲੀ ਦਲ, ਮੁਹੰਮਦ ਅਵੈਸ ਹੈ, ਅੱਜ ਮੁਹੰਮਦ ਅਵੈਸ ਹਲਕਾ ਇੰਚਾਰਜ, ਉਹਦੇ ਰਹਿਨਮਾਈ ਹੇਠ ਤੁਸੀਂ ਅੱਜ ਦੇਖ ਲਓ ਹਜ਼ਾਰਾਂ ਹੀ ਬੰਦਿਆਂ ਦਾ ਕਾਫਲਾ ਪਟਿਆਲੇ ਨੂੰ ਤੁਰ ਰਿਹਾ। ਉੱਥੇ ਸਾਨੂੰ ਉਮੀਦ ਇਹ ਬਣਦੀ ਹੈ ਵੀ ਲੱਖਾਂ ਬੰਦਾ ਅੱਜ ਰੈਲੀ ਵਿੱਚ ਸ਼ਮੂਲੀਅਤ ਕਰੇ। ਬਹੁਤ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਹੈਗਾ, ਔਰ ਦੇਖਿਆ ਜਾਵੇ ਇਹਦੀ ਜ਼ਰੂਰਤ ਵੀ ਸੀ, ਔਰ ਬਹੁਤ ਹੀ ਅਸੀਂ ਅੱਛੀ ਤਰ੍ਹਾਂ ਦੇ ਵਿੱਚ ਉੱਥੇ ਜਾ ਕੇ ਸ਼ਾਮਿਲ ਹੋਏ। ਅਕਾਲੀ ਦਲ ਦੀ ਜਿਹੜੀ ਪੋਜੀਸ਼ਨ ਕਹਿ ਰਹੇ ਤੇ ਵੀ ਜਿਵੇਂ ਅਖਬਾਰਾਂ 'ਚ ਆ ਰਿਹਾ, ਟੀ ਵੀ 'ਤੇ ਆ ਰਿਹਾ ਕਿ ਬਰਗਾੜੀ ਕਾਂਡ ਨੂੰ ਲੈ ਕੇ ਬਹੁਤ ਡਾਊਨ ਹੋ ਰਹੀ ਹੈ, ਪਰ ਤੁਸੀਂ ਕੀ ਮਿਲਾ ਦੋ ਜੀ ਅੱਜ ਦਾ ਜਿਹੜਾ ਇਕੱਠ ਹੈ ਉਹ ਜਿਵੇਂ ਤੁਸੀਂ ਇੱਥੋਂ ਦੀ ਫੈਕ ਕੇ ਦੇਖ ਰਹੇ ਹਾਂ ਜੀ ਜੀ, ਇਹ ਤੋਂ ਮਤਲਬ ਕੀ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਗਿਰਾਵਟ ਆਈ ਹੈ ਜਾਂ ਉੱਚਾ? ਉੱਥੇ ਦੇਖੋ ਜਦੋਂ ਇਹ ਨਤੀਜੇ ਸਾਹਮਣੇ ਆ ਰਹੇ ਉਸ ਤੋਂ ਬਾਅਦ ਲੋਕਾਂ ਨੂੰ ਬੜੀ ਅਹਿਸਾਸ ਹੋ ਰਿਹਾ, ਔਰ ਲੋਕ ਪਹਿਲਾਂ ਤੋਂ ਵੀ ਜ਼ਿਆਦਾ ਅਕਾਲੀ ਦਲ 'ਚ ਸ਼ਾਮਿਲ ਹੋ, ਔਰ ਬੜੀ ਉਤਸ਼ਾਹ ਹੈਗੀ ਲੋਕਾਂ ਦੇ ਵਿੱਚ, ਇਹ ਐਸਾ ਕੋਈ ਮਾਮਲਾ ਨਹੀਂ ਹੈਗਾ, ਗਿਰਾਵਟ ਤਾਂ ਆਉਣ ਦਾ ਕੋਈ ਸਵਾਲ ਹੀ ਪੈਦਾ ਨਹੀਂ। ਤੇ ਅੱਜ ਦੇ ਰੈਲੀ ਦੇ ਉੱਤੇ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਤੇ ਮਲੇਰਕੋਟਲਾ ਖਾਸ ਤੌਰ ਤੇ? ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਦੇਖੋ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ, ਇਸ ਕਰਕੇ ਇਨਸਾਨ ਨੂੰ ਬੜੇ ਹੀ ਡਿਟਰਮਿੰਡ ਹੋ ਕੇ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ ਹੈ, ਔਰ ਆਪਣੀ ਮੰਜ਼ਿਲ ਦੀ ਤਰਫ ਵਧਣਾ ਚਾਹੀਦਾ ਹੈ।